ਤਾਰੀਫ ਕਿਵੇਂ ਕਰੋਗੇ? ਇਹ ਬਹੁਤ ਸੋਹਣੇ ਆ, ਇਹ ਸਵਰਗ ਸੇ ਉੱਪਰ ਉਤਰੀ ਹੋਈ ਅਪਸਰਾ ਲੱਗ ਰਹੀ ਹੈ। ਤੁਝੇ ਦੇਖਾ ਤੋ ਯੇ ਜਾਨਾ ਸਨਮ, ਪਿਆਰ ਹੋਤਾ ਹੈ ਦੀਵਾਨਾ ਸਨਮ। ਤੇਰੀ ਬਾਹੋਂ ਮੇ ਮਰ ਜਾਏ ਹਮ। ਮੈਨੂੰ ਇਹ ਦੱਸੋ ਕਿ ਕੁੜੀਆਂ ਦੋਸਤੀ ਨਿਭਾਉਂਦੀਆਂ ਨੇ ਕਿ ਮੁੰਡੇ ਦੋਸਤੀ ਨਿਭਾਉਂਦੇ ਨੇ? ਮੈਂ ਕੁੜੀਆਂ ਤੋਂ ਜ਼ਿਆਦਾ ਤਾਂ ਮੁੰਡੇ ਹੀ ਚੰਗੇ ਦੋਸਤੀ ਨਿਭਾਉਂਦੇ ਨੇ। ਕੁੜੀਆਂ ਇੱਕ ਇੱਕ ਚੀਜ਼ 'ਤੇ ਲੜ ਪਾਉਂਦੀਆਂ ਨੇ, ਮੇਰਾ ਇਹ ਚੀਜ਼ ਲੈ ਲਿਆ, ਉਹ ਚੀਜ਼ ਲੈ ਲਿਆ। ਜ਼ਿੰਦਾਬਾਦ ਰਹਿਣ ਮਿਲ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜੱਟ ਨਹੀਂ। ਕੁਛ ਲੋਕ ਮਰਦੇ ਹੈ ਤੋ ਮਰਨੇ ਦੋ, ਕੁਛ ਬਸੇ ਜਲਦੀ ਹੈ ਤੋ ਜਲਨੇ ਦੋ, ਕੁਛ ਲੋਕ ਮਰੇਗੇ ਬਸੇ ਜਲੇਗੀ ਤੋ ਹੀ ਤੋ ਪੈਸੇ ਆਏਗੇ। ਨਮਸਕਾਰ ਦੇਵੀ ਸਜਣੋ, ਆਪਕਾ ਸਵਾਗਤ ਹੈ ਕੌਣ ਬਨੇਗਾ ਕਰੋੜਪਤੀ ਭਾਈ, ਇਹ ਪਹਿਲਾ ਪ੍ਰਸ਼ਨ ਆਪਕੇ ਕੰਪਿਊਟਰ ਸਕਰੀਨ ਭਾਈ। ਅਸੀਂ ਸਾੜੀ ਵਾਲੇ ਫੇਸ ਇੰਪਰੈਸ਼ਨ ਵੀ ਦੇਖਾਂਗੇ ਤੁਹਾਡੇ, ਕਿ ਫੇਸ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ, ਸਾੜੀ ਕਿੱਦਾਂ ਸੀ ਮਟਕਾ ਕੇ ਚੱਲਦੇ ਹਾਂ, ਹੈ ਨਾ ਬਹੁਤ ਟਾਈਪ। ਆਪ ਸ਼ਾਹਰੁਖ ਖਾਨ ਹੋ ਜਾਂ ਸਾਰੀ ਆਪ ਹੀਰੋਇਨ ਹੈ। ਪ੍ਰਿੰਸੀਪਲ ਹੋਣਾ ਔਰ ਫਿਰ ਯੋਗ ਕਰਵਾਨਾ, ਇਹ ਦੋਨੋਂ ਕਾ ਮਤਲਬ ਤਾਲਮੇਲ ਕੈਸੇ ਹੁਆ? ਜੈਸੇ ਮੈਨੇ ਦੇਖਾ ਇਸਕਾ ਬੈਨੀਫਿਟ ਹੋਇਆ, ਮੇਰਾ ਸਿਰ ਦਰਦ ਠੀਕ ਹੋਣੇ ਲਗਾ, ਮੇਰੀ ਆਈ ਸਾਈਟ ਠੀਕ ਹੋ ਗਈ, ਮੇਰੇ ਕੋ ਪੇਟ ਠੀਕ ਹੋਣੇ ਲੱਗ ਗਿਆ, ਕੋਈ ਪ੍ਰੋਬਲਮ ਜੈਸੇ ਜੈਸੇ ਠੀਕ ਹੋਣ ਲੱਗੀ, ਔਰ ਫਿਰ ਬੰਦਾ ਸੋਚਦਾ ਹੈ ਕਿ ਇਹ ਜੋ ਹੈ ਨਾ ਹਮੇ ਕਰਨਾ ਚਾਹੀਏ। ਬਹੁਤ ਕਮ ਲੋਕ ਹੋਤੇ ਹੈ ਜੋ ਮੈਡੀਟੇਸ਼ਨ ਜਾਂ ਯੋਗਾ ਕੇ ਉੱਪਰ ਪੀ ਐਚ ਡੀ ਕਰਤੇ, ਜਬ ਹਮਨੇ ਕੀ ਥੀ ਪੰਜਾਬ ਮੇਂ ਬਹੁਤ ਕਮ ਲੋਕ, ਦੋ ਤਿੰਨ ਗਿਨੇ ਚੁਣੇ ਲੋਗੋਂ ਨੇ ਇਸ ਪੇ ਕੀ ਥੀ, ਕਿਉਂਕਿ ਯੋਗ ਕੇ ਉੱਪਰ ਐਕਸਪੈਰੀਮੈਂਟ ਹਮਾਰੀ ਐਕਸਪੈਰੀਮੈਂਟਲ ਸਟੱਡੀ ਥੀ।
ਇਹਦੇ ਵਿੱਚ ਹੀ ਆਪਾਂ ਬਿਮਾਰੀਆਂ ਨਾਲ ਘਿਰ ਗਏ। ਜਦੋਂ ਆਪਾਂ ਪੀਕ ਏਜ ਹੋਊਗੀ ਆਪਣੀ, ਜਦੋਂ ਜਵਾਨੀ ਜਿਹਨੂੰ ਕਹਿੰਦੇ ਜਵਾਨੀ ਚੜ੍ਹਨਾ, ਜਦੋਂ ਆਪਣੇ ਤੇ ਜਵਾਨੀ ਚੜੂਗੀ ਉਦੋਂ ਆਪਾਂ ਕੀ ਕਰਾਂਗੇ ਅੱਗੇ ਜਾ ਕੇ। ਇਸੇ ਕਰਕੇ ਮੈਂ ਆਪਣੇ ਸ਼ੁਰੂ ਤੋਂ ਆਪਣਾ ਡ੍ਰੀਮ ਹੋਣਾ, ਜੇ ਮੈਂ ਯੰਗ ਜਿੰਨੇ ਵੀ ਮੁੰਡੇ ਕੁੜੀਆਂ ਮੈਂ ਉਹਨਾਂ ਨੂੰ ਇਹੀ ਦੱਸਣਾ ਚਾਹੁੰਦਾ ਵਾਂ ਕਿ ਅੱਗੇ ਜਾ ਕੇ ਜੇ ਆਪਾਂ ਸੋਚਿਆ ਵਾ ਕਿ ਵਧੀਆ ਫਿਟਨੈਸ ਅਚੀਵ ਕਰਨ ਦਾ, ਤੇ ਆਪਾਂ ਨੂੰ ਸ਼ੁਰੂ ਤੋਂ ਨਾ ਆਪਣੇ ਮਾਇੰਡ ਦੇ ਵਿੱਚ ਪਹਿਲਾਂ ਇਮੇਜ ਬਣਾਉਣੀ ਚਾਹੀਦੀ ਕਿ ਹਾਂ ਆਪਾਂ ਕਿਸ ਲੈਵਲ ਦੇ ਆਪਣੇ ਆਪ ਨੂੰ ਦੇਖਣਾ ਚਾਹੁੰਦੇ ਹਾਂ। ਕੁੜੀਆਂ ਕਿੰਨੀਆਂ ਫਿੱਟ ਆ ਅੱਜ ਦੇ ਟਾਈਮ ਦੇ ਵਿੱਚ, ਮੁੰਡੇ ਇੰਨੇ ਫਿੱਟ ਨਹੀਂ ਹੈਗੇ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਜਿੱਦਾਂ ਕੁੜੀਆਂ ਫਿੱਟ ਆ ਨਾ, ਜਿੱਦਾਂ ਗਰਲਸ ਅੱਗੇ ਵੱਧ ਰਹੀਆਂ ਉਦਾਂ ਮੁੰਡਿਆਂ ਨੂੰ ਵੀ ਅੱਗੇ ਵਧਣਾ ਚਾਹੀਦਾ, ਤੇ ਕੁੜੀਆਂ ਮੇਨਟੇਨ ਕਰ ਲੈਂਦੀਆਂ ਆਪਣੀ ਬੋਡੀ, ਮੁੰਡਿਆਂ ਤੋਂ ਨਹੀਂ ਹੁੰਦੀ। ਇਲੈਕਟ੍ਰੋਨਿਕ ਦੇ ਵਿੱਚ ਆ ਜਾਂਦੀ ਹੈ, ਜਦੋਂ ਅਸੀਂ ਵਰਤੋਂ ਹਟ ਜਾਂਦੇ ਹਾਂ ਤਾਂ ਸਾਡੇ ਲਈ ਵੇਸਟ ਬਣ ਜਾਂਦੀ ਹੈ, ਉਸ ਨੂੰ ਅਸੀਂ ਇਲੈਕਟ੍ਰੋਨਿਕ ਵੇਸਟ ਦਾ ਨਾਮ ਦਿੰਦੇ ਹਾਂ। ਇਲੈਕਟ੍ਰੋਨਿਕ ਵੇਸਟ, ਨੋ ਡਾਊਟ, ਫੋਨ, ਸਾਡੇ ਗੈਜਟਸ ਅਣਗਿਣਤ ਮਾਤਰਾ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ, ਅਤੇ ਜਦੋਂ ਇਹ ਖਰਾਬ ਹੋ ਜਾਂਦੇ ਤਾਂ ਜਾਂਦੇ ਕਿੱਥੇ ਆ ਫਿਰ? ਅਸੀਂ ਬਿਜਲੀ ਤੋਂ ਬਣਨ ਵਾਲੀਆਂ ਚੀਜ਼ਾਂ ਦਾ ਫਾਇਦਾ ਤਾਂ ਉਠਾਉਣਾ ਸ਼ੁਰੂ ਕਰ ਦਿੱਤਾ, ਹੈ ਨਾ? ਹਾਂਜੀ। ਪਰ ਜਦੋਂ ਅਸੀਂ ਚੀਜ਼ ਨਵੀਂ ਖਰੀਦਣ ਜਾਂਦੇ ਹਾਂ ਤਾਂ ਉੱਥੋਂ ਇਹ ਸਾਨੂੰ ਇੰਸਟਰਕਸ਼ਨਸ ਨਹੀਂ ਮਿਲਦੀਆਂ ਕਿ ਜਦੋਂ ਇਹ ਖਰਾਬ ਹੋ ਜਾਏਗੀ ਤਾਂ ਫਿਰ ਆਪਾਂ ਉਹਦਾ ਕੀ ਕਰਾਂਗੇ, ਹੈ ਨਾ? ਕਚਰਾ ਜਿਹੜਾ ਆ, ਵੇਸਟ ਮਟੀਰੀਅਲ, ਉਹ ਕਿਤੇ ਯੂਟੀਲਾਈਜ਼ ਹੋ ਰਿਹਾ, ਰੀਸਾਈਕਲ ਹੋ ਰਿਹਾ, ਰੀਯੂਜ਼ ਹੋ ਰਿਹਾ, ਤਾਂ ਇਹਨਾਂ ਚੀਜ਼ਾਂ ਦਾ ਵੀ ਤਾਂ ਕੋਈ ਤੋੜ ਹੋਵੇਗਾ। ਇਲੈਕਟ੍ਰੋਨਿਕ ਦੀ ਚੀਜ਼ ਬਣਦੀ ਹੈ ਨਾ, ਉਹਦੇ ਵਿੱਚ ਬੜੀ ਕੀਮਤੀ ਮੈਟਲਸ ਵੀ ਹੁੰਦੇ ਨੇ, ਇੱਕ ਤਾਂ ਬਾਹਰਲੇ ਪੱਧਰ ਤੇ ਹੁੰਦੇ ਨੇ ਜਿਵੇਂ ਪਲਾਸਟਿਕ ਹੈ, ਸ਼ੀਸ਼ਾ ਹੈ, ਸੈਰਾਮਿਕ ਹੈ, ਲੇਕਿਨ ਅੰਦਰ ਜਿਹੜਾ ਹੈ ਕਿ ਗੋਲਡ ਵੀ ਹੁੰਦਾ, ਸਿਲਵਰ ਵੀ ਹੁੰਦਾ, ਪਲੇਡੀਅਮ ਵੀ ਹੁੰਦਾ, ਇਹ ਬੜੇ ਕੀਮਤੀ ਤੱਤ ਹੁੰਦੇ ਨੇ। ਇਹ ਫਿਰ ਜਿਹੜੇ ਕਬਾੜੀਆਂ ਵਾਲੇ ਕੀ ਕਰਦੇ ਨੇ, ਉਹਨੂੰ ਜਲਾ ਦਿੰਦੇ ਨੇ, ਉਹ ਜਿਹੜੀ ਉੱਪਰਲੀ ਬੋਡੀ ਹੈ ਉਹ ਸਾਰੀ ਸੜ ਜਾਂਦੀ ਹੈ, ਸੜਨ ਤੋਂ ਬਾਅਦ ਜਿਹੜੇ ਕੀਮਤੀ ਮੈਟਲ ਹੈ ਉਹ ਰਹਿ ਜਾਂਦੇ, ਉਹ ਕੀਮਤੀ ਮੈਟਲ ਜਿਹੜੇ ਕੱਟ ਲੈਂਦੇ ਨੇ। ਵੋ ਰਾਤ ਕੈਸੀ ਥੀ, ਵੋ ਮੁਲਾਕਾਤ ਕੈਸੀ ਥੀ, ਜਿਸ ਦਿਨ ਥਾ ਤੇਰਾ ਨਿਕਾਹ, ਵੋ ਕਾਇਨਾਤ ਕੈਸੀ ਥੀ, ਵੋ ਰਾਤ ਕੈਸੀ ਥੀ, ਵੋ ਮੁਲਾਕਾਤ ਕੈਸੀ ਥੀ, ਜਿਸ ਦਿਨ ਥਾ ਤੇਰਾ ਨਿਕਾਹ, ਵੋ ਕਾਇਨਾਤ ਕੈਸੀ ਥੀ, ਮੁਹੱਬਤ ਕੀ ਹੋਈ ਕਿਆ ਬਾਤ, ਜਾਂ ਦੀਏ ਬੁਝਾ ਦੀਏ, ਹਾਂ ਸੱਚ ਬਤਾਨਾ ਉਸਕੀ, ਸ਼ੁਰੂਆਤ ਕੈਸੀ ਥੀ, ਵੋ ਰਾਤ ਕੈਸੀ ਥੀ, ਵੋ ਮੁਲਾਕਾਤ ਕੈਸੀ ਥੀ, ਜਿਸ ਦਿਨ ਥਾ ਤੇਰਾ ਨਿਕਾਹ, ਵੋ ਕਾਇਨਾਤ ਕੈਸੀ ਥੀ, ਅੱਲਾ ਦੇ ਕਰ ਜਾ ਕੇ ਰੋਜ਼ ਨਮਾਜ਼ਾਂ ਕਰਦਾ ਏ, ਜੋ ਮੇਰੇ ਨਾਲ ਕੀਤੀ ਤੂੰ ਕਿਉਂ ਉਸ ਗੱਲ ਤੋਂ ਡਰਦਾ ਏ, ਜਿਸਮ ਮੇਰਾ ਵੇਚ ਦਿੱਤਾ ਏ ਤੂੰ, ਰੂਹ ਦਾ ਕੋਈ ਮੁੱਲ ਵੀ ਨਾ ਪਾਇਆ, ਕਬਰ ਤੱਕ ਸਾਥ ਸੀ ਆਪਣਾ, ਤੂੰ ਲੈ ਕੇ ਕਫਨ ਬਿਨਾ ਆਇਆ। ਮੰਨ ਲਓ ਕਿ ਇਸ ਟਾਈਮ ਸਾਡਾ ਮੂਡ ਉਦਾਸ ਹੈ, ਕੋਈ ਸਾਨੂੰ ਟੈਨਸ਼ਨ ਹੈ, ਤੇ ਅਸੀਂ ਗੀਤ ਹੈਪੀ ਵਾਲਾ ਲਿਖਣਾ, ਖੁਸ਼ੀ ਵਾਲਾ ਲਿਖਣਾ, ਫਿਰ ਕਿੱਦਾਂ ਆਪਣੇ ਆਪ ਨੂੰ ਚੇਂਜ ਕਰਦੇ ਹੋ? ਮਨ ਦੇ ਹਿਸਾਬ ਨਾਲ ਚੇਂਜ ਕਰਨਾ ਪੈਂਦਾ, ਮਨ ਨੂੰ ਮਾਰਨਾ ਵੀ ਪੈਂਦਾ। ਜੇ ਦੱਸੀ ਹੈ ਅੱਜ ਕੱਲ ਦਾ ਮੇਰੇ ਹਿਸਾਬ ਨਾਲ ਦੁਨੀਆਂ ਦੇ ਉੱਤੇ ਕੋਈ ਇੱਦਾਂ ਦਾ ਪਰਸਨ ਨਹੀਂ ਜਿਹਦੇ ਜ਼ਿੰਦਗੀ ਦੇ ਵਿੱਚ ਦੁੱਖ ਨਾ ਹੋਵੇ,
ਸੱਚੀ ਗੱਲ, ਫਿਰ ਵੀ ਉਹਨੂੰ ਚਿਹਰੇ ਤੇ ਸਮਾਈਲ ਰੱਖਣੀ ਪੈਂਦੀ, ਕਿਉਂ? ਕਿਉਂਕਿ ਦੁਨੀਆਦਾਰੀ ਚੱਲਦੀ ਹੈ, ਬਿਲਕੁਲ ਸਮਝਦੇ, ਕਿਉਂਕਿ ਜ਼ਮਾਨਾ ਪੈਸੇ ਨਾਲ ਚੱਲਦਾ, 10 ਬੰਦੇ ਨੂੰ ਤਾਂ ਕੋਈ ਉੱਦਾਂ ਨਹੀਂ ਪੁੱਛਦਾ।